ਦੋਸਤ, ਸੰਗਰੂਰ ਦੇ ਭਗਵਾਨਪੁਰੇ ਤੋਂ ਖਬਰ ਇਹ ਆ ਰਹੀ ਹੈ ਕਿ ਇੱਕ 2 ਸਾਲ ਦਾ ਬੱਚਾ ਫਤਿਹਵੀਰ ਜਾ ਕੇ 150 ਫੁੱਟ ਡੂੰਘੇ ਇੱਕ ਬੋਰਵੈਲ ਦੇ ਵਿੱਚ ਡਿੱਗ ਪਿਆ, ਜਿੱਥੇ ਕਿ ਉਹ ਲਗਭਗ 36 ਘੰਟਿਆਂ ਤੋਂ ਫਸਿਆ ਹੋਇਆ। ਦੋਸਤੋ, ਤੁਸੀਂ ਸਮਝ ਸਕਦੇ ਹਾਂ ਕਿ ਬੱਚਾ ਜਿਸ ਜਗ੍ਹਾ 'ਤੇ ਉਹਨਾਂ ਦੇ ਹੱਥ ਹਿਲਾਉਣ ਨੂੰ ਜਗ੍ਹਾ ਨਹੀਂ, ਪੈਰ ਹਿਲਾਉਣ ਨੂੰ ਜਗ੍ਹਾ ਨਹੀਂ, ਕਿੰਨੀ ਬੁਰੀ ਕੰਡੀਸ਼ਨ ਦੇ ਵਿੱਚ ਹੋਊਗਾ। ਲਗਾਤਾਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਕੁਝ ਭਲੇ ਲੋਕ ਸਾਹਮਣੇ ਆਏ ਉਹਨਾਂ ਨੂੰ ਬਚਾਉਣ ਦੇ ਲਈ, ਕਾਫੀ ਜ਼ਿਆਦਾ ਲੋਕ ਹਿੰਮਤ ਕਰ ਰਹੇ ਆ, ਪਰ ਬੱਚਾ ਅਜੇ ਤੱਕ ਵੀ ਬਾਹਰ ਆਉਣ ਦੀ ਕੰਡੀਸ਼ਨ ਦੇ ਵਿੱਚ ਨਹੀਂ ਹੋਇਆ। ਹੁਣ ਜਿਸ ਬੋਰਵੈਲ ਦੇ ਵਿੱਚ ਫਤਿਹਵੀਰ ਡਿੱਗਿਆ ਉਸ ਦੇ ਬਿਲਕੁਲ ਨਾਲ ਇੱਕ 32 ਇੰਚ ਦਾ ਬੋਰ ਕੀਤਾ ਜਾ ਰਿਹਾ ਤਾਂ ਕਿ ਫਤਿਹਵੀਰ ਨੂੰ ਉਸ ਦੇ ਨਾਲ ਜਾ ਕੇ ਕੱਢ ਕੇ ਬਾਹਰ ਲਿਆਂਦਾ ਜਾਵੇ। ਉਸਦੇ ਸਾਹ ਲੈਣ ਦੇ ਲਈ ਆਕਸੀਜਨ ਭੇਜੀ ਗਈ ਆ, ਕੈਮਰਾ ਭੇਜਿਆ ਗਿਆ ਤਾਂ ਕਿ ਉਸਦੇ ਸਰੀਰ ਦੀ ਹਰਕਤ ਨੂੰ ਦੇਖਿਆ ਜਾ ਸਕੇ, ਪਰ ਵੱਡੀ ਗੱਲ ਦੋਸਤੋ ਇਹ ਕਿ ਉਹ ਬੱਚੇ ਨੂੰ ਅਜੇ ਤੱਕ ਕੁਝ ਖਾਣ ਪੀਣ ਨੂੰ ਨਹੀਂ ਭੇਜਿਆ ਜਾ ਸਕਿਆ, ਕਿਉਂਕਿ ਬੱਚੇ ਨੂੰ ਇੰਨਾ ਜ਼ਿਆਦਾ ਪਤਾ ਹੀ ਨਹੀਂ ਜੇਕਰ ਕੋਈ ਚੀਜ਼ ਭੇਜਦੇ ਵੀ ਹੈ ਕਿ ਉਸਨੂੰ ਕੀ ਕਰਨਾ, ਕਿਉਂਕਿ ਉਸਦੀ ਉਮਰ ਬਹੁਤ ਛੋਟੀ ਆ। ਉਸਦੀ ਦਾਦੀ ਨੇ ਦੱਸਿਆ ਕਿ ਇਸ 10 ਜੂਨ ਨੂੰ ਫਤਿਹਵੀਰ ਨੇ 3 ਸਾਲ ਦਾ ਹੋ ਜਾਣਾ ਸੀ, ਸੋ ਉਹਨਾਂ ਦੇ ਘਰ ਦੇ ਵਿੱਚ ਫਤਿਹਵੀਰ ਦੇ ਜਨਮ ਦਿਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ, ਪਰ ਕੀ ਪਤਾ ਸੀ ਕਿ ਉਹਨਾਂ ਦੇ ਅੱਖਾਂ ਦਾ ਤਾਰਾ ਫਤਿਹਵੀਰ ਇੰਨੀ ਜ਼ਿਆਦਾ ਮੁਸੀਬਤ ਦੇ ਵਿੱਚ ਫਸ ਜੂਗਾ। ਸੋ ਦੋਸਤੋ, ਕਾਫੀ ਚੈਨਲਾਂ ਦੇ ਉੱਪਰ ਇਹ ਗੱਲਾਂ ਕੀਤੀਆਂ ਜਾ ਰਹੀਆਂ, ਪਰ ਆਪਾਂ ਅੱਜ ਇਸ ਵੀਡੀਓ ਰਾਹੀਂ ਇਹ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਜਾਨ ਤੋਂ ਪਿਆਰੇ ਬੱਚਿਆਂ ਨੂੰ ਕਿਵੇਂ ਸੰਭਾਲ ਕਰ ਸਕਦੇ ਹਾਂ, ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਪਲ ਦੇ ਲਈ ਵੀ ਅੱਖਾਂ ਤੋਂ ਦੂਰ ਨਹੀਂ ਕਰ ਸਕਦੇ, ਪਰ ਆਪਣੀਆਂ ਕੁਝ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਕਰਕੇ ਆਪਣੇ ਅੱਖਾਂ ਦੇ ਤਾਰੇ ਆਪਣੇ ਲਾਲ ਹਮੇਸ਼ਾ ਲਈ ਆਪਣੇ ਤੋਂ ਦੂਰ ਚਲੇ ਜਾਂਦੇ ਆ। ਸੋ ਪਲੀਜ਼ ਇਸ ਵੀਡੀਓ ਨੂੰ ਥੋੜ੍ਹਾ ਜਿਹਾ ਦੇਖ ਕੇ ਕੁਝ ਕੁ ਗੱਲਾਂ ਆਪਣੇ ਆਮ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਓ ਤਾਂ ਕਿ ਤੁਹਾਡੇ ਨਾਲ ਇਹ ਘਟਨਾਵਾਂ ਨਾ ਵਾਪਰਨ, ਕਿਉਂਕਿ ਆਏ ਦਿਨ ਛੋਟੇ ਛੋਟੇ ਬੱਚੇ ਆਪਣੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਕਰਕੇ ਇਹਨਾਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਆ। ਸੋ 5-6 ਗੱਲਾਂ ਤੁਸੀਂ ਜ਼ਰੂਰ ਨਿੱਕੀ ਜਿਹੀ ਵੀਡੀਓ ਦੇਖ ਕੇ ਸਮਝ ਲਓ ਜੋ ਮੈਂ ਤੁਹਾਨੂੰ ਦੱਸਣ ਵਾਲਾ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀਰੇ ਜ਼ਰੂਰ ਲਾਗੂ ਕਰੋ ਤਾਂ ਕਿ ਆਪਣੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਇਹਨਾਂ ਘਟਨਾਵਾਂ ਤੋਂ ਬਚ ਸਕੇ। ਦੋਸਤੋ, ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਬੱਚਾ 2 ਜਾਂ 3 ਸਾਲ ਦਾ ਹੁੰਦਾ ਤਾਂ ਉਹਨੂੰ ਪਤਾ ਨਹੀਂ ਹੁੰਦਾ ਕਿ ਉਹਨੇ ਕੀ ਕਰਨਾ, ਕਿੱਥੇ ਜਾਣਾ, ਸੋ ਜ਼ਰੂਰੀ ਬਣਾ ਲਓ ਕਿ ਹਰ ਵਕਤ ਇੱਕ ਵਿਅਕਤੀ ਜਦੋਂ ਬੱਚਾ ਖੇਡਦਾ ਹੁੰਦਾ ਤਾਂ ਉਸਦਾ ਧਿਆਨ ਪੂਰੀ ਤਰ੍ਹਾਂ ਰੱਖੋ, ਚਾਹੇ ਤੁਸੀਂ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਕਰਦੇ ਹੋ, ਪਰ ਬੱਚੇ ਦਾ ਧਿਆਨ ਜ਼ਰੂਰ ਰੱਖੋ, ਕਿਉਂਕਿ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਹੱਥ ਲਾਉਣਾ ਅਤੇ ਕਿੱਥੇ ਨਹੀਂ ਲਾਉਣਾ। ਨੰਬਰ 2 ਤੇ ਦੋਸਤੋ, ਆਪਣੇ ਘਰ ਦੇ ਟੋਏ, ਟੈਂਕੀਆਂ, ਖਾਲੇ, ਸੂਏ ਇਹਨਾਂ ਦੇ ਕੋਲ ਬੱਚੇ ਨੂੰ ਬਿਲਕੁਲ ਨਾ ਜਾਣ ਦਿਓ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਟੈਂਕੀ ਪੱਟੀ ਹੈ, ਡਿੱਗੀ ਪੱਟੀ ਹੈ, ਤਾਂ ਉਸਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਜੇਕਰ ਕੋਈ ਟੋਇਆ ਤਾਂ ਉਸਦੇ ਉੱਪਰ ਕੋਈ ਪੱਥਰ ਰੱਖੋ ਤਾਂ ਕਿ ਬੱਚਾ ਉਸਦੇ ਵਿੱਚ ਨਾ ਡਿੱਗ ਸਕੇ। 3ਗੱਲ ਦੋਸਤੋ ਇਹ, ਕਿਉਂਕਿ ਆਪਣੇ ਘਰ ਦੇ ਵਿੱਚ ਹਰ ਜਗ੍ਹਾ 'ਤੇ ਬਿਜਲੀ ਦੇ ਉਪਕਰਨ ਲੱਗੇ ਹੋਏ ਆ, ਬੱਚਿਆਂ ਨੂੰ ਆਦਤ ਹੁੰਦੀ ਹੈ ਜੇਕਰ ਕੋਈ ਪੱਖਾ ਲੱਗਿਆ ਤਾਂ ਉਹਦੇ ਵਿੱਚ ਹੱਥ ਪਾਉਂਦੇ ਆ, ਜਾਂ ਕੂਲਰ ਦੇ ਵਿੱਚ ਹੱਥ ਪਾਉਂਦੇ ਆ, ਪ੍ਰੈਸ ਉੱਪਰ ਹੱਥ ਲਗਾਉਂਦੇ ਆ, ਤਾਂ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਬੱਚੇ ਦਾ ਖਿਆਲ ਰੱਖੋ। ਜੇਕਰ ਤੁਸੀਂ ਕਿਸੇ ਪੱਖੇ ਦੀ ਵਰਤੋਂ ਨਹੀਂ ਕਰ ਰਹੇ ਜਾਂ ਕੂਲਰ ਦੀ ਵਰਤੋਂ ਨਹੀਂ ਕਰ ਰਹੇ, ਪਹਿਲੀ ਗੱਲ ਤਾਂ ਉਸਨੂੰ ਬੰਦ ਕਰ ਦਿਓ। ਜੇਕਰ ਕੋਈ ਚੱਲ ਰਿਹਾ ਤਾਂ ਇੱਕ ਬੰਦਾ ਬੱਚੇ ਦੇ ਬਿਲਕੁਲ ਨਾਲ ਰਹੇ ਤਾਂ ਕਿ ਬੱਚਾ ਉਸਨੂੰ ਹੱਥ ਲਾ ਕੇ ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋ ਜਾਵੇ। ਦੋਸਤੋ, ਨੰਬਰ 4, ਜਿਸ ਕਾਰਨ ਕਾਫੀ ਜ਼ਿਆਦਾ ਘਟਨਾਵਾਂ ਸਾਹਮਣੇ ਆ ਰਹੀਆਂ, ਕਿਉਂਕਿ ਆਪਾਂ ਅਕਸਰ ਆਪਣੇ ਲਾਡ ਵਿੱਚ ਟਰੈਕਟਰ ਉੱਪਰ, ਕਾਰ ਉੱਪਰ ਜਾਂ ਮੋਟਰਸਾਈਕਲ ਉੱਪਰ ਬਿਠਾ ਕੇ ਲੈ ਜਾਂਦੇ, ਜਿਸ ਕਾਰਨ ਬੱਚੇ ਨੂੰ ਆਦਤ ਪੈ ਜਾਂਦੀ ਹੈ ਅਤੇ ਉਹ ਲਗਾਤਾਰ ਜਿੱਦ ਕਰਦਾ ਕਿ ਉਹ ਫਿਰ ਤੋਂ ਟਰੈਕਟਰ ਦੇ ਉੱਪਰ ਬੈਠੂਗਾ ਜਾਂ ਕਾਰ ਦੇ ਉੱਪਰ ਜਾਂ ਮੋਟਰਸਾਈਕਲ ਉੱਪਰ ਬੈਠੂਗਾ। ਸੋ ਕਈ ਵਾਰ ਆਪਣਾ ਖਿਆਲ ਨਹੀਂ ਹੁੰਦਾ, ਆਪਾਂ ਟਰੈਕਟਰ ਜਾਂ ਕਾਰ ਤੋਰ ਦਿੰਦੇ ਹਾਂ, ਪਰ ਬੱਚਾ ਟਰੈਕਟਰ ਜਾਂ ਕਾਰ ਦੇ ਨਾਲ ਲੱਗ ਕੇ ਬੈਠ ਜਾਂਦਾ ਜਾਂ ਮੂਹਰੇ ਆ ਜਾਂਦਾ, ਅਤੇ ਇਸ ਤਰ੍ਹਾਂ ਵੀ ਕਾਫੀ ਜ਼ਿਆਦਾ ਘਟਨਾਵਾਂ ਦੇਖਣ ਨੂੰ ਆਉਂਦੀਆਂ। ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਵੀ ਕਾਫੀ ਜ਼ਿਆਦਾ ਮਾਸੂਮ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ। ਸੋ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਟਰੈਕਟਰ ਜਾਂ ਕਾਰ ਦੇ ਨੇੜੇ ਹੀ ਨਾ ਆਉਣ ਦਿਓ, ਕਿਉਂਕਿ ਜੇਕਰ ਤੁਸੀਂ ਕੁਝ ਟਾਈਮ ਉਹਨਾਂ ਨੂੰ ਝਟਕ ਲਓਗੇ, ਜ਼ਰੂਰ ਤੁਹਾਨੂੰ ਲੱਗੂਗਾ ਕਿ ਬੱਚੇ ਨੂੰ ਨਹੀਂ ਝਟਕਣਾ ਚਾਹੀਦਾ ਸੀ, ਪਰ ਹੋ ਸਕਦਾ ਕਿਸੇ ਟਾਈਮ ਦੀ ਘਟਨਾ ਤੋਂ ਉਸਦੀ ਜਾਨ ਬਚ ਜਾਵੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਇੱਦਾਂ ਦੀਆਂ ਆਦਤਾਂ ਬੱਚਿਆਂ ਦੇ ਵਿੱਚ ਪੈਦਾ ਹੀ ਨਾ ਕਰੋ। ਦੋਸਤੋ, ਨੰਬਰ 5 ਦੀ ਗੱਲ ਕਰੀਏ ਤਾਂ ਅਕਸਰ ਆਪਾਂ ਦੇ ਕੋਲ ਟਾਈਮ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਸਕੂਲ ਖੁਦ ਛੱਡ ਕੇ ਆਈਏ। ਵੈਨ ਵਾਲੇ ਹੀ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਅਤੇ ਡਰੋਪ ਕਰਦੇ ਆ, ਸੋ ਵੈਨ ਵਾਲੇ ਨੂੰ ਇਹ ਪੂਰੀ ਤਰ੍ਹਾਂ ਕਹਿ ਦਿੱਤਾ ਜਾਵੇ ਕਿ ਸਾਡੇ ਬੱਚੇ ਨੂੰ ਤੂੰ ਘਰ ਦੇ ਵਿੱਚ ਛੱਡ ਕੇ ਜਾਣਾ, ਉਸ ਤੋਂ ਬਾਅਦ ਹੀ ਵੈਨ ਤੋਰਨੀ ਆ। ਕਦੇ ਕਦੇ ਐਂ ਹੁੰਦਾ ਕਿ ਬੱਚਾ ਅਜੇ ਤੱਕ ਵੈਨ ਤੋਂ ਉਤਰਿਆ ਨਹੀਂ ਹੁੰਦਾ ਤਾਂ ਵੈਨ ਵਾਲਾ ਡਰਾਈਵਰ ਵੈਨ ਤੋਰ ਦਿੰਦਾ, ਅਤੇ ਇੱਦਾਂ ਵੀ ਕਾਫੀ ਜ਼ਿਆਦਾ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਗਈਆਂ। ਸੋ ਵੈਨ ਵਾਲੇ ਡਰਾਈਵਰ ਨੂੰ ਪੂਰੀ ਤਰ੍ਹਾਂ ਇਹ ਸੂਚਿਤ ਕਰ ਦਿੱਤਾ ਜਾਵੇ। ਨੰਬਰ 6 ਦੀ ਗੱਲ ਕਰੀਏ ਤਾਂ ਦੋਸਤੋ, ਕਦੇ ਵੀ ਅਣਜਾਣ ਬੰਦੇ ਦੇ ਨਾਲ ਬੱਚੇ ਨੂੰ ਕਦੇ ਨਹੀਂ ਭੇਜਣਾ ਚਾਹੀਦਾ। ਇਸ ਤੋਂ ਇਲਾਵਾ ਬੱਚੇ ਨੂੰ ਵੀ ਜਿੰਨਾ ਹੋ ਸਕੇ, ਜਿੰਨਾ ਉਹ ਸਮਝ ਸਕੇ, ਕੋਸ਼ਿਸ਼ ਕਰੋ ਕਿ ਕਿਸੇ ਅਣਜਾਣ ਬੰਦੇ ਤੋਂ ਉਸਨੇ ਕੋਈ ਚੀਜ਼ ਲੈ ਕੇ ਨਹੀਂ ਖਾਣੀ ਅਤੇ ਨਾ ਹੀ ਉਸਦੇ ਨਾਲ ਤੁਰਨਾ। ਜੇਕਰ ਕੋਈ ਉਹਨੂੰ ਆਪਣੇ ਨਾਲ ਲਿਜਾਣ ਬਾਰੇ ਕਹਿੰਦਾ ਤਾਂ ਆਪਣੇ ਟੀਚਰ ਨੂੰ
ਉਸ ਬਾਰੇ ਦੱਸੋ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੋਸਤੋ ਜ਼ਰੂਰ ਖਿਆਲ ਕਰ ਲਿਆ ਕਰੋ ਤਾਂ ਕਿ ਆਪਣੇ ਮਾਸੂਮਾਂ ਦੀ, ਪਿਆਰਿਆਂ ਦੀ, ਆਪਣੇ ਲਾਲਾਂ ਦੀ ਜਾਨ ਬਚ ਸਕੇ ਅਤੇ ਆਪਾਂ ਆਪਣੀ ਜ਼ਿੰਦਗੀ ਉਹਨਾਂ ਦੇ ਨਾਲ ਵਧੀਆ ਬਿਤਾ ਸਕੀਏ ਆਪਾਂ ਨੂੰ ਅਤੇ ਆਪਣੇ ਬੱਚਿਆਂ ਨੂੰ ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ। ਸੋ ਉਮੀਦ ਆ ਕਿ ਇਹ ਗੱਲਾਂ 'ਤੇ ਤੁਸੀਂ ਜ਼ਰੂਰ ਗੌਰ ਕਰੋਗੇ ਅਤੇ ਜੇ ਗੱਲਾਂ ਵਧੀਆ ਲੱਗੀਆਂ ਤਾਂ ਆਪਣੇ ਦੋਸਤਾਂ ਤੱਕ ਸ਼ੇਅਰ ਵੀ ਕਰੋਗੇ ਤਾਂ ਕਿ ਉਹ ਵੀ ਆਪਣੇ ਬੱਚਿਆਂ ਦੀ ਇੱਦਾਂ ਦੀਆਂ ਘਟਨਾਵਾਂ ਤੋਂ ਰੱਖਿਆ ਕਰ ਸਕਣ। ਥੈਂਕ ਯੂ ਸੋ ਮੱਚ ਦੋਸਤੋ। ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫਤਿਹਵੀਰ ਦੇ ਲਈ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ।